ਹਾਂ ਵੀ ਮੋਦੀ ਕਹਿੰਦੇ ਆਪਣਾ ਕੁੱਤਾ ਵਾਪਸ ਲੈ ਗਿਆ, ਸਾਲੇ ਆਪਣਾ ਤਾਂ ਕੁੱਤਾ ਵਾਪਸ ਲੈ ਗਿਆ, ਸਾਡਾ ਤਾਂ ਕਬੂਤਰ ਵਾਪਸ ਦੇ ਦੇ, ਆ ਤੇਰੀ ਗੰਦੀ ਮੀਡੀਆ ਭਾਵਦੀ ਫਿਰਦੀ ਕਿ ਸਾਡਾ ਸ਼ੇਰ ਵਾਪਸ ਆ ਰਿਹਾ, ਉਹ ਕੁੱਤਾ ਹੀ ਰਹਿਣਾ ਵਾ, ਉਹ ਪਹਿਲਾਂ ਤਾਂ ਤੁਸੀਂ ਤੱਲੇ ਲੈ ਲੈ ਕੇ ਵਾਪਸ ਲਿਆ, ਉਹ 4 ਦਿਨ ਸਾਡੇ ਸ਼ੇਰਾਂ 'ਚ ਰਹਿ ਕੇ ਤਾਂ ਤੁਸੀਂ ਹੁਣ ਸ਼ੇਰ ਬਣਾ ਦਿੱਤਾ, ਉਹ ਕੁੱਤਾ ਹੀ ਰਹਿਣਾ, ਤਾਂ ਤੁਸੀਂ ਸ਼ੁਕਰ ਅਦਾ ਕਰੋ ਪਾਕਿਸਤਾਨ ਵਜ਼ੀਰ ਆਜ਼ਮ ਦਾ ਜਿਹਨੇ ਤੁਹਾਡੇ 'ਤੇ ਤਰਸ ਖਾ ਕੇ ਤੁਹਾਡਾ ਕੁੱਤਾ ਵਾਪਸ ਕਰਤਾ, ਤੁਸੀਂ ਪਾਕਿਸਤਾਨ 'ਚ ਕੁੜੀ ਵਿਆਹੀ ਮੇਰਿਆ ਸਾਲਿਆ, ਪਾਕਿਸਤਾਨ ਤੁਹਾਡਾ ਜਵਾਈ ਭਾਈ ਮੁਲਕ ਆ, ਅਤੇ ਜਵਾਈਆਂ ਭਾਈਆਂ ਸਾਹਮਣੇ ਅੱਖਾਂ ਨੀਵੀਆਂ ਰੱਖੀ ਦੀਆਂ ਹੁੰਦੀਆਂ, ਅਤੇ ਜਿਹੜਾ ਤੂੰ ਕਹਿ ਰਿਹਾ ਨਾ ਲਾਹੌਰ 'ਤੇ ਕਬਜ਼ਾ ਕਰਨਾ ਮੇਰਿਆ ਸਾਲਿਆ, ਜਿੱਦਣ ਦਿਮਾਗ ਖਿਸਕ ਗਿਆ ਨਾ ਪਾਕਿਸਤਾਨੀਆਂ ਦੇ, ਅਤੇ ਦਿੱਲੀ ਵੱਲ ਨੂੰ ਸਿੱਧੀ ਬੱਸ ਚਲਾ ਦੇਣੀ ਆ, ਅਤੇ ਜਿਹੜੀ ਤੇਰੀ ਏਜੰਸੀ ਕਹਿੰਦੀ ਫਿਰਦੀ ਹੈ ਨਾ 336 ਪਲੈਨ ਪਾਕਿਸਤਾਨ ਨੂੰ ਘੇਰ ਕੇ ਮਾਰਨਾ, ਆ ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ, ਕਹਿੰਦੇ ਸ਼ੇਰ ਮਾਰਨਾ, ਸ਼ੇਰ ਤੁਹਾਡੇ ਤੋਂ ਨਹੀਂ ਮਾਰਨਾ, ਅਤੇ ਆਪਣਾ ਉਹ ਖਲਾਰਾ ਜਿਹਾ ਚੱਕ ਲੈ ਜੀ ਲੋਕਲ ਜਿਹਾ ਜਹਾਜ਼, ਪਾਕਿਸਤਾਨ 'ਚ ਕਿਸੇ ਕਬਾੜੀਏ ਨੇ ਨਹੀਂ ਲੈਣਾ ਉਹਨੂੰ, ਅਤੇ ਤੈਨੂੰ ਪਾਕਿਸਤਾਨ ਆਰਮੀ ਨੇ ਅਤੇ ਪਾਕਿਸਤਾਨ ਦੀ ਆਵਾਮ ਨੇ 5 ਤੇ 12 ਦੇ ਸਦਕੇ ਤੈਨੂੰ ਅਤੇ ਤੇਰੇ ਕੁੱਤੇ ਨੂੰ ਜਾ ਬਖਸ਼ਿਆ, ਮਾਫ਼ ਕੀਤਾ, ਗਾਹ ਗੰਦੀ ਸੋਚ ਨਾ ਰੱਖੀ ਪਾਕਿਸਤਾਨ ਦੇ ਬਾਰੇ, ਪਾਕਿਸਤਾਨ ਜ਼ਿੰਦਾਬਾਦ।